ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਤੁਹਾਡੇ ਨਾਲ ਪਲੇਨ ਸਟੱਫ ਆ ਜਿਹੜਾ ਸ਼ੇਅਰ ਕਰਾਂਗੇ। ਸੋ ਜਿਵੇਂ ਕਿ ਬਹੁਤ ਸਾਰੇ ਕਸਟਮਰ ਦੀ ਡਿਮਾਂਡ ਸੀ ਕਿ ਤੁਸੀਂ ਜਿਹੜਾ ਉਹ ਸਮਰ ਵਾਲਾ ਸਟੱਫ ਹੈਗਾ ਉਹ ਸ਼ੇਅਰ ਕਰੋ। ਸੋ ਜੋ ਵੀ ਸਮਰ ਵਾਲੇ ਜਿਹੜੇ ਸਟੱਫ ਹੈ ਜੀ, ਜੋ ਆਪਾਂ ਨੂੰ ਪਸੰਦ ਹੈ, ਸੋ ਆਪਾਂ ਉਹ ਤੁਹਾਨੂੰ ਨਾਲ ਕੁਛ ਸ਼ੇਅਰ ਕਰਦੇ ਹਾਂ, ਕਿਉਂਕਿ ਜਿਹੜੇ ਗਰਮੀ ਦੇ ਵਿੱਚ ਵੇਅਰ ਕਰਨ ਵਾਈਜ਼ ਵੀ ਠੀਕ ਹੈਗੇ ਆ, ਅਤੇ ਉਹਨਾਂ ਵਿੱਚ ਕੁਆਲਿਟੀ ਵੀ ਹੈ, ਕਲਰ ਕੰਬੀਨੇਸ਼ਨ ਵੀ ਸਹੀ ਹੈ, ਔਰ ਦੇਖਣ ਨੂੰ ਵੀ ਠੀਕ ਲੱਗਦਾ। ਸੋ ਆਪਾਂ ਉਸ ਤਰ੍ਹਾਂ ਦੇ ਜਿਹੜੇ ਸਾਰੇ ਸੂਟਸ ਅੱਜ ਤੁਹਾਡੇ ਨਾਲ ਜਿਹੜੇ ਵੀ ਕਲਰ ਆਪਣੇ ਕੋਲ ਅਵੇਲੇਬਲ ਆ ਉਹ ਸ਼ੇਅਰ ਕਰਦੇ ਹਾਂ। ਸੋ ਅਗਰ ਸੇਮ ਸ਼ੇਡ ਨਹੀਂ ਮਿਲੂਗਾ ਜੀ, ਤਾਂ ਥੋੜ੍ਹਾ ਬਹੁਤ ਚੇਂਜ ਮਿਲੂਗਾ, ਇਹ ਜਿਵੇਂ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਔਰ ਆਪਾਂ ਜਿਹੜੇ ਇਸ 'ਤੇ ਤੁਸੀਂ ਕੋਈ ਵੀ ਡਿਜ਼ਾਈਨ ਆ ਜਿਵੇਂ ਆਪਣੇ ਕਰਵਾ ਸਕਦੇ ਹੋ, ਕੁਛ ਆਪਣਾ ਡਿਜ਼ਾਈਨ ਵੀ ਭੇਜ ਸਕਦੇ ਹੋ। ਸੋ ਉਹ ਕਲੀਅਰ ਦਿਖਣਾ ਚਾਹੀਦਾ ਜੀ ਜੋ ਵੀ ਡਿਜ਼ਾਈਨ ਤੁਸੀਂ ਭੇਜੋਗੇ, ਜਿਵੇਂ ਕਿ ਅੱਜ ਕੱਲ੍ਹ ਆ ਜਿਹੜਾ ਕ੍ਰੈਸ਼ ਕੋਟਨ ਆਈ ਹੋਈ ਹੈ, ਸੋ ਇਹ ਮੈਨੂੰ ਪਰਸਨਲੀ ਬਹੁਤ ਹੀ ਪਿਆਰਾ ਜਿਹੜਾ ਸਟੱਫ ਲੱਗਦਾ ਹੈਗਾ। ਸੋ ਆਪਾਂ ਇਹਦੇ 'ਤੇ ਜਿਹੜੇ ਡਿਜ਼ਾਈਨ ਆ ਉਹ ਬਣਾ ਰਹੇ ਹਾਂ, ਜਿਨ੍ਹਾਂ ਨੇ ਮਤਲਬ ਆਪਾਂ ਨੂੰ ਕਾਫੀ ਪੁੱਛਿਆ ਕਿ ਸਮਰ ਦੇ ਵਿੱਚ ਤੁਸੀਂ ਕੀ ਲੈ ਕੇ ਆ ਰਹੇ ਹੋ। ਸੋ ਆਪਾਂ ਜਿਹੜਾ ਇਹ ਸਟੱਫ 'ਤੇ ਵਰਕ ਕਰ ਰਹੇ ਹਾਂ, ਸੋ ਤੁਸੀਂ ਇਹ ਦੇਖੋਗੇ ਇਹ ਬਹੁਤ ਹੀ ਸੋਫਟ ਹੈ, ਕੋਟਨ ਹੈ, ਬਹੁਤ ਹੀ ਸੋਫਟ ਹੈ, ਅਤੇ ਔਰ ਇਹਦੇ ਵਿੱਚ ਕੋਈ ਮੈਨੂੰ ਨਹੀਂ ਲੱਗਦਾ ਕੋਈ ਰਿੰਕਲ ਵੀ ਪੈਂਦੇ ਆ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਤੁਸੀਂ ਸੂਟ ਬਣਾਉਂਦੇ ਹੋ ਅਤੇ ਜਦੋਂ ਵੇਅਰ ਕਰਦੇ ਹੋ ਕੋਟਨ ਆ ਜਿਹੜੀ ਇਕੱਠੀ ਜਿਹੀ ਹੋ ਜਾਂਦੀ ਹੈ, ਸੋ ਇਹ ਉਸ ਤਰ੍ਹਾਂ ਵੀ ਨਹੀਂ ਹੈਗਾ। ਔਰ ਮੈਨੂੰ ਇਹਦਾ ਪਰਸਨਲੀ ਜੋ ਇਹਦੇ ਰਿੰਕਲਸ ਹੈਗੇ ਆ ਔਲਰੇਡੀ ਜੋ ਇਹਦੇ ਸਟੱਫ ਦੇ ਵਿੱਚ ਉਹ ਵੀ ਬਹੁਤ ਪਸੰਦ ਹੈ, ਅਤੇ ਇਹਦੇ ਵਿੱਚ ਲਾਈਟ ਲਾਈਟ ਸ਼ੇਡ ਹੈਗੇ ਆ, ਸੋ ਬਹੁਤ ਹੀ ਸੋਹਣੇ ਸ਼ੇਡ ਹੈ ਇਹਦੇ ਵਿੱਚ। ਔਰ ਸਭ ਤੋਂ ਵਧੀਆ ਗੱਲ, ਜਿਹੜੇ ਲਾਈਨਿੰਗ ਨਹੀਂ ਲਵਾਉਣਾ ਚਾਹੁੰਦੇ, ਬਹੁਤ ਸਾਰੇ ਜਿਹੜੇ ਆਪਣੇ ਕਲਾਇੰਟ ਹੈਗੇ ਆ ਜਿਹੜੇ ਲਾਈਨਿੰਗ ਨਹੀਂ ਪਸੰਦ ਕਰਦੇ, ਸੋ ਉਹ ਇਹ ਚੀਜ਼ ਨੂੰ ਦੇਖ ਬਣਾ ਸਕਦੇ ਆ। ਸੋ ਇਹਦੇ ਵਿੱਚ ਬਿਲਕੁਲ ਵੀ ਟ੍ਰਾਂਸਪੇਰੈਂਟ ਨਹੀਂ ਹੈਗਾ ਇਹ, ਬਿਲਕੁਲ ਵੀ, ਕਿਉਂਕਿ ਹਰ ਇੱਕ ਮਸਲੀਨ ਦੇ ਵਿੱਚ ਵੀ ਜਿਵੇਂ ਲਾਈਨਿੰਗ ਲਾਉਂਗੇ ਤਾਂ ਬੈਸਟ ਹੈਗਾ ਜੀ, ਅਤੇ ਅਗਰ ਤੁਸੀਂ ਕੈਮਰਿਕ ਕੋਟਨ ਹੈ ਤਾਂ ਉਹ ਜਿਹੜੀ ਵਾਸ਼ ਤੋਂ ਬਾਅਦ ਥੋੜ੍ਹਾ ਉਹ ਵਧੀਆ ਨਹੀਂ ਰਹਿੰਦੀ। ਸੋ ਇਸ ਇਹ ਜਿਹੜਾ ਸਟੱਫ ਹੈਗਾ ਇਹ ਤੁਸੀਂ ਲੈ ਸਕਦੇ ਹੋ। ਔਰ ਇਹਦੇ ਵਿੱਚ ਜੀ ਇੱਕ ਤਾਂ ਇਹ ਜਿਹੜਾ ਸ਼ੇਡ ਹੈਗਾ ਬਿਲਕੁਲ ਲਾਈਟ ਜਿਹਾ ਸ਼ੇਡ ਹੈ, ਥੋੜ੍ਹਾ ਬ੍ਰਾਈਟ ਆ ਰਿਹਾ, ਜਿਵੇਂ ਐਗਜੈਕਟ ਇਹ ਸ਼ੇਡ ਹੈਗਾ ਜਿਹੜਾ ਦਿਖ ਰਿਹਾ ਤੁਹਾਨੂੰ, ਇਹ ਸ਼ੇਡ ਹੈ ਜੀ। ਆਪਣੇ ਕੋਲ ਦੋ ਸੂਟ ਹੋਣਗੇ ਸ਼ਾਇਦ, ਇਹ ਇੱਕ ਹੋਊਗਾ, ਇੱਕ ਆਪਣਾ ਬਣਨਾ ਹੈਗਾ ਔਡਰ 'ਤੇ, ਔਰ ਇਹ ਮਸਲੀਨ ਹੈ। ਅਗਰ ਤੁਸੀਂ ਲਾਈਨਿੰਗ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਮਸਲੀਨ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ, ਸੋ ਇਹ ਟਰਾਈ ਕਰ ਸਕਦੇ ਹੋ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਬਹੁਤ ਹੀ ਹਲਕਾ ਸਟੱਫ ਹੁੰਦਾ, ਤੁਹਾਨੂੰ ਵੀਅਰ ਕਰਨ ਵਾਈਜ਼ ਵੀ ਤੁਹਾਨੂੰ ਜਿਹੜਾ ਇਹ ਨਾਲ ਲੱਗਦਾ, ਸੋ ਇਹਦੇ ਨਾਲ ਤੁਸੀਂ ਲਾਈਨਿੰਗ ਹੈ ਜਿਹੜੀ ਲਵਾਉਣੀ ਹੀ ਚਾਹੀਦੀ ਹੈ ਤੁਹਾਨੂੰ, ਅਗਰ ਤੁਸੀਂ ਨਹੀਂ ਵੀ ਲਾਉਂਦੇ ਤਾਂ। ਔਰ ਨੈਕਸਟ ਸੂਟ ਹੈਗਾ ਜੀ ਲਾਈਟ ਪਰਪਲ ਸ਼ੇਡ ਹੈ, ਬਹੁਤ ਜ਼ਿਆਦਾ ਬ੍ਰਾਈਟ ਆ ਰਿਹਾ ਇਹਦੇ ਵਿੱਚ, ਸੋ ਇਹ ਬਹੁਤ ਹੀ ਲੇਲਨ ਕੋਟਨ ਹੈ ਜੀ। ਸੋ ਅਗਰ ਤੁਸੀਂ ਥੋੜ੍ਹਾ ਜਿਹਾ ਜਿਵੇਂ ਜ਼ਿਆਦਾ ਗਰਮੀ ਦੇ ਵਿੱਚ, ਜਿਵੇਂ ਹੁਣ ਕਿ ਜਿਹੜੀਆਂ ਗਰਮੀਆਂ ਉਹ ਤਕਰੀਬਨ ਆ ਹੀ ਚੁੱਕੀਆਂ ਹੈਗੀਆਂ, ਅਤੇ ਅੱਗੇ ਜਿਹੜੀ ਹੋਰ ਵੀ ਗਰਮੀ ਆਉਣੀ ਹੈ, ਸੋ ਉਹਦੇ ਲਈ ਤੁਸੀਂ ਕਈਆਂ ਨੇ ਜਿਹੜਾ ਇਹ ਵੀਅਰ ਵੀ ਕੀਤਾ ਹੋਣਾ, ਲੇਲਨ ਕੋਟਨ ਹੈ, ਇਹ ਵੀ ਥੋੜ੍ਹੀ ਗਫ ਹੁੰਦੀ ਹੈ, ਸੋ ਇਹ ਵੀ ਬਹੁਤ ਬੈਸਟ ਕੱਪੜਾ ਹੈਗਾ, ਤੁਸੀਂ ਲੈ ਸਕਦੇ ਹੋ। ਸੋ ਆਪਣੇ ਕੋਲ ਜਿਹੜੀਆਂ ਹੈਗੀਆਂ ਇਹ ਸਾਰਾ ਜਿਹੜਾ ਸਟੱਫ ਹੈਗਾ ਜੀ ਬਹੁਤ ਹੀ ਫਾਈਨ ਕੁਆਲਿਟੀ ਦਾ ਰੂਬੀ ਮਿਲਦਾ ਇਹ ਹੈਗਾ, ਜਿਵੇਂ ਕਿ ਬਹੁਤ ਸਾਰੇ ਜਿਵੇਂ ਅਲੱਗ ਅਲੱਗ ਦੁਕਾਨਦਾਰ ਆ ਜਿਹੜੇ ਅਲੱਗ ਅਲੱਗ ਸਟੱਫ ਦਾ ਜਿਹੜਾ ਨਾਮ ਰੱਖ ਲੈਂਦੇ ਆ, ਸੋ ਮੈਂ ਕਿਸੇ ਨੂੰ ਵੀ, ਕਿਉਂਕਿ ਜਿਹੜੇ NRI ਕਸਟਮਰ ਹੈਗੇ ਆ ਉਹ ਬਹੁਤ ਜ਼ਿਆਦਾ ਕਨਫਿਊਜ਼ ਹੈ, ਕੋਈ ਟਿਸਟਾ ਬੋਲਦਾ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ, ਜਿਵੇਂ ਦੁਕਾਨਦਾਰ ਆਪਣਾ ਆਪਣਾ ਨਾਮ ਰੱਖ ਲੈਂਦੇ ਆ, ਸੋ ਮੈਂ ਉਹਨਾਂ ਨੂੰ ਜਿਵੇਂ ਪੁਰਾਣੇ ਟਾਈਮ ਦੇ ਵਿੱਚ
ਦੋ ਤਿੰਨ ਹੀ ਸਟਾਫ ਹੁੰਦੇ ਸੀ, ਸੋ ਹੁਣ ਵੀ ਦੋ ਤਿੰਨ ਹੀ ਸਟਾਫ ਹੈਗੇ ਆ। ਸੋ ਥੋੜ੍ਹਾ ਬਹੁਤ ਇੱਧਰ ਉੱਧਰ ਉਹਨਾਂ ਦੇ ਜੇ ਨਾਮ ਰੱਖਣਾ, ਥੋੜ੍ਹੀ ਜਿਹੀ ਪਿਓਰਿਟੀ ਕੱਪੜੇ ਦੇ ਵਿੱਚ, ਉਹਦੇ ਕਰਕੇ ਥੋੜ੍ਹਾ ਜਿਹਾ ਚੇਂਜ ਹੁੰਦਾ ਸਟਾਫ, ਜ਼ਿਆਦਾ ਨਹੀਂ ਹੁੰਦਾ ਪੁਰਾਣੇ ਸਟਾਫ ਦੇ ਨਾਲੋਂ। ਸੋ ਉਹਦੇ ਕਰਕੇ ਉਹ ਕਨਫਿਊਜ਼ ਹੋ ਜਾਂਦੇ ਆ। ਸੋ ਉਹਨਾਂ ਨੂੰ ਥੋੜ੍ਹਾ ਜਿਹਾ ਆਪਾਂ ਦੱਸ ਦਈਏ ਕਿ ਇਹ ਜਿਹੜਾ ਹੈਗਾ ਲੇਲਨ, ਤੁਸੀਂ ਵੀਅਰ ਕੀਤੀ ਹੋਊਗੀ, ਜਿਵੇਂ ਅੱਗੇ ਲੇਲਨ ਹੁੰਦੀ ਸੀ ਉਹ ਥੋੜ੍ਹੀ ਸ਼ਰਿੰਕ ਜ਼ਿਆਦਾ ਹੋ ਜਾਂਦੀ ਸੀ, ਇਹ ਜਿਹੜੀ ਲੇਲਨ ਇਹ ਇੰਨੀ ਜ਼ਿਆਦਾ ਸ਼ਰਿੰਕ ਨਹੀਂ ਹੁੰਦੀ। ਸੋ ਇਹ ਲੇਲਨ ਵੀ ਬਹੁਤ ਹੀ ਵਧੀਆ ਸਟੱਫ ਹੈਗਾ, ਵਿਦਆਊਟ ਲਾਈਨਿੰਗ ਇਹਨੂੰ ਤੁਸੀਂ ਵੇਅਰ ਕਰ ਸਕਦੇ ਹੋ। ਨੈਕਸਟ ਹੈਗਾ ਜੀ, ਇਹ ਵੀ ਲੇਲਨ ਦੇ ਵਿੱਚ ਹੈ, ਸੋ ਇਹ ਵੀ ਬਹੁਤ ਹੀ ਪਿਆਰਾ, ਤੁਸੀਂ ਦੇਖੋਗੇ ਇਹ ਵੀ ਬਹੁਤ ਹੀ ਸ਼ਾਨਦਾਰ ਲੇਲਨ ਹੈਗੀ ਆ, ਹਰ ਇੱਕ 'ਤੇ ਸਟੈਂਪ ਲੱਗੀ ਹੋਈ ਹੈ। ਸੋ ਆਪਾਂ ਕੀ ਹੈਗਾ ਕਿ ਆਪਣੇ ਕੋਲ ਆਲਰੇਡੀ ਬਹੁਤ ਸਾਰਾ ਸਟੋਕ ਹੈ ਜਿਹੜਾ ਆਪਣੇ ਕੋਲ, ਵਰਕ ਵਾਲੇ ਸੂਟਸ ਦਾ ਪਿਆ, ਪਿਓਰ ਦਾ ਪਿਆ, ਦੁਪੱਟੇ ਪਏ ਆ। ਸੋ ਅਸੀਂ ਜਿਹੜੇ ਚਾਹ ਕੇ ਵੀ ਇਹ ਸੂਟ ਆ ਜਿਹੜੇ ਨਹੀਂ ਲੈ ਕੇ ਆ ਸਕਦੇ, ਕਿਉਂਕਿ ਫਿਰ ਅਸੀਂ ਸਿਰਫ ਜਿੰਨੇ ਆਪਾਂ ਨੂੰ ਆਰਡਰ ਆਏ ਹੈਗੇ ਆ, ਜਿਹੜੇ ਜਿਹੜੇ ਕਲਰਸ ਦੇ ਆ, ਅਤੇ ਕੁਛ ਕੁ ਸੂਟ ਆ ਜਿਹੜੇ ਆਪਾਂ ਐਕਸਟਰਾ ਲੈ ਲੈਂਦੇ ਹਾਂ, ਜਿਵੇਂ ਕਿ ਆਪਾਂ ਆਪਣੇ ਡਿਜ਼ਾਈਨ ਬਣਾਉਣੇ ਹੁੰਦੇ ਆ। ਸੋ ਆਪਾਂ ਜ਼ਿਆਦਾ ਨਹੀਂ ਰੱਖਦੇ, ਜਿਵੇਂ ਸਾਰੇ ਕਹਿੰਦੇ ਜੀ ਤੁਸੀਂ ਪਿਕਚਰਸ ਭੇਜ ਦਿਓ ਕਿ ਇਸ ਕਲਰ ਦੇ ਲੇਲਨ ਦੇ ਵਿੱਚ ਕਿਹੜੇ ਕਿਹੜੇ ਕਲਰ ਹੈਗੇ ਆ, ਤੁਸੀਂ ਦੱਸਿਆ ਕਰੋ ਜੀ ਸਾਨੂੰ ਗ੍ਰੀਨ ਟੋਨ ਚਾਹੀਦਾ, ਸਾਨੂੰ ਪਰਪਲ, ਪਿੰਕ, ਪੀਚ, ਸੋ ਇਹ ਕੋਮਨ ਜੇ ਸ਼ੇਡ ਆ ਲੈਮਨ। ਸੋ ਆਪਾਂ ਉਹਦੇ ਨਾਲ ਥੋੜ੍ਹਾ 19-21 ਜੋ ਵੀ ਲਾਈਟ ਸੋਬਰ ਚਾਹੁੰਦੇ ਹੋ ਸੋਬਰ ਲੈ ਲਾਂਗੇ, ਅਗਰ ਤੁਸੀਂ ਡਾਰਕ ਚਾਹੁੰਦੇ ਹੋ ਡਾਰਕ ਆਪਾਂ ਤੁਹਾਨੂੰ ਲੈ ਦੇਵਾਂਗੇ, ਪਰ ਇਹ ਚੀਜ਼ ਅਸੀਂ ਇੱਥੇ ਅਵੇਲੇਬਲ ਨਹੀਂ ਕਰਵਾ ਸਕਦੇ ਕਿ ਇਹਦੇ ਵਿੱਚ ਹੁਣ 10 ਕਲਰ ਇਹਦੇ 'ਚ ਆਉਂਦੇ ਆ ਜੀ, ਮਸਲੀਨ ਦੇ ਵਿੱਚ ਬਹੁਤ ਸਾਰੇ ਕਲਰ ਆ, ਆਪਾਂ ਸਾਰੇ ਕਲਰ ਆ ਜਿਹੜੇ ਹਰ ਇੱਕ ਸਟੱਫ ਦੇ ਵਿੱਚ ਨਹੀਂ ਲੈ ਕੇ ਆ ਸਕਦੇ। ਸੋ ਇਹ ਵੀ ਬਹੁਤ ਹੀ ਪਿਆਰਾ ਆ ਸ਼ੇਡ ਆ, ਜੋ ਐਗਜੈਕਟ ਸ਼ੇਡ ਤੁਹਾਨੂੰ ਦਿਖ ਰਿਹਾ ਸੇਮ ਸ਼ੇਡ ਹੈਗਾ ਜੀ। ਨੈਕਸਟ ਹੈਗਾ ਜੀ, ਇਹ ਹੈਗੀ ਹੈ ਕੈਮਰੀ ਕੋਟਨ, ਔਰ ਇਹ ਵੀ ਇਹਦਾ ਵੀ ਕੁਛ ਡਿਫਰੈਂਟ ਨਾਮ ਰੱਖਿਆ ਹੋਇਆ, ਪਰ ਮੈਂ ਤੁਹਾਨੂੰ ਜਿਵੇਂ ਗੀਜ਼ਾ ਕੋਟਨ ਵੀ ਕਹਿ ਦਿੰਦੇ ਹਾਂ, ਇਹਦੇ ਵਿੱਚ ਵੀ ਲਗਜ਼ਰੀ ਗੀਜ਼ਾ ਕੋਟਨ ਦੀ ਸਟੈਂਪ ਲੱਗੀ ਹੋਈ ਹੈ। ਸੋ ਇਹਦਾ ਜਿਹੜਾ ਹੈਗਾ ਇਹ ਕੈਮਰਿਕ ਕੋਟਨ ਵਾਲਾ ਬੇਸ ਹੈ, ਜਿਵੇਂ ਕਿ ਜੇ ਪਹਿਲਾਂ ਦੇ ਇੱਥੋਂ ਦੇ ਗਏ ਹੋਏ ਕਲਾਇੰਟ, ਉਹਨਾਂ ਨੇ ਕੈਮਰਿਕ ਕੋਟਨ, ਕਿਉਂਕਿ ਬਹੁਤ ਹੀ ਪਹਿਲਾਂ ਦੀ ਜਿਵੇਂ ਆਪਾਂ ਵੇਅਰ ਕਰਦੇ ਹਾਂ, ਸੋ ਉਸ ਤਰ੍ਹਾਂ ਦੀ ਇਹ ਕੋਟਨ ਆ, ਬਹੁਤ ਸੌਫਟ ਕੋਟਨ ਹੈ। ਇਹਨੂੰ ਤੁਸੀਂ ਵਿਦਆਊਟ ਲਾਈਨਿੰਗ, ਜਿਵੇਂ ਕਈ ਜਿਹੜੇ ਕਸਟਮਰ ਹੈਗੇ ਆ ਬਹੁਤ ਜ਼ਿਆਦਾ ਗਰਮੀ ਜਿਵੇਂ ਉਹਨਾਂ ਨੂੰ ਆਉਂਦੀ ਹੈ, ਸੋ ਉਹ ਇਹ ਚੀਜ਼ ਨੂੰ ਵੇਅਰ ਕਰ ਸਕਦੇ ਆ, ਕਿਉਂਕਿ ਇਹ ਬਹੁਤ ਹੀ ਸੌਫਟ ਅਤੇ ਗਰਮੀ ਵਾਲਾ ਸਟੱਫ ਹੈਗਾ ਜੀ। ਇਹ ਜਿਹੜਾ ਹੈਗਾ ਜੀ, ਇਹ ਵੀ ਲੇਲਨ ਦੇ ਵਿੱਚ ਹੈ, ਬਹੁਤ ਹੀ ਗ੍ਰੇਸ਼ ਕਲਰ ਹੈਗਾ, ਸੋ ਇਹ ਵੀ ਗ੍ਰੀਨਿਸ਼ ਗ੍ਰੇਸ਼ ਜਿਹਾ ਕਲਰ ਹੈਗਾ, ਸੋ ਇਹ ਵੀ ਲੇਲਨ ਦੇ ਵਿੱਚ ਹੈ। ਇਹ ਵੀ ਕੈਮਰਿਕ ਕੋਟਨ ਦੇ ਵਿੱਚ ਹੈ ਜੀ, ਇਹ ਵੀ ਗੀਜ਼ਾ ਕੋਟਨ ਜਿਵੇਂ ਤੁਸੀਂ ਕਹਿ ਸਕਦੇ ਹੋ ਕੈਮਰਿਕ ਕੋਟਨ। ਸੋ ਇਹਨਾਂ ਦੇ ਵੀ ਇਹ ਵੀ ਟ੍ਰਾਂਸਪੇਰੈਂਟ ਨਹੀਂ ਹੈਗੇ, ਇਹ ਵੀ ਬਿਲਕੁਲ ਕੋਟਨ ਆ ਜਿਹੜੀ ਫਾਈਨ ਹੈ, ਇਸ ਤਰ੍ਹਾਂ ਇਹ ਬਹੁਤ ਹੀ ਪਿਆਰੀ ਕੋਟਨ ਹੈ। ਇਹਦੇ ਵਿੱਚ ਆਪਣੇ ਕੋਲ ਇਹ ਕਲਰ ਵੀ ਅਵੇਲੇਬਲ ਹੈ, ਔਰ ਜਿਵੇਂ ਇਹ ਹੈਗਾ ਜੀ ਇਹ ਗ੍ਰੇ ਕਲਰ, ਇਹ ਮਸਲੀਨ ਹੈ, ਮਸਲੀਨ ਦੇ ਵਿੱਚ ਥੋੜ੍ਹਾ ਫਲੋਈ ਸਟੱਫ ਵੀ ਹੁੰਦਾ ਅਤੇ ਥੋੜ੍ਹਾ ਇਹਦੇ ਵਿੱਚ ਸ਼ਾਈਨ ਵੀ ਹੁੰਦੀ ਹੈ, ਸੋ ਇਹ ਗ੍ਰੇ ਸ਼ੇਡ ਹੈ। ਇਹ ਬਰਾਊਨ ਹੈ ਜੀ ਲੇਲਨ ਦੇ ਵਿੱਚ, ਸੋ ਇਹ ਵੀ ਬਹੁਤ ਹੀ ਪਿਆਰਾ ਸਟੱਫ ਹੈ, ਇਹ ਦੇਖੋ ਲੇਲਨ ਦੇ ਵਿੱਚ ਹੈ। ਇਹ ਵੀ ਕੈਮਰਿਕ ਕੋਟਨ, ਆਰਕਨ ਦੀ ਕੈਮਰਿਕ ਕੋਟਨ ਹੈ, ਥੋੜ੍ਹਾ ਹਾਰਡ ਹੈ ਜੀ, ਇਹ ਦੇਖ ਸਕਦੇ ਹੋ ਤੁਸੀਂ,
ਥੋੜ੍ਹੀ ਜਿਵੇਂ ਹੈ ਕੈਮਰੀ ਕੋਟਨੀ, ਥੋੜ੍ਹੀ ਹਾਰਡ ਹੈਗੀ ਹੈ। ਸੋ ਉਹਦੇ ਵਿੱਚ ਆਪਾਂ ਇਹਦਾ ਨਾਮ ਕੁਛ ਹੋਰ ਕੋਈ ਵੀ ਲੈ ਸਕਦੇ ਹਾਂ, ਕਿਉਂਕਿ ਨਾਮ ਲੈਣ ਦੇ ਵਿੱਚ ਦੂਸਰੇ ਨੂੰ ਕਨਫਿਊਜ਼ ਕਰਨਾ ਕਿ ਸਾਡੇ ਕੋਲ ਇਹ ਸਟਾਫ ਵੀ ਹੈਗਾ ਜੀ, ਜਦਕਿ ਇਹ ਸਟਾਫ ਆ ਜਿਹੜਾ ਸਾਰਿਆਂ ਕੋਲ ਸੇਮ, ਸਾਰੇ ਸ਼ਹਿਰ ਦੇ ਵਿੱਚ ਹਰ ਇੱਕ ਦੇ ਸ਼ੋਪ ਦੇ ਉੱਪਰ ਸਾਰੇ ਸਟਾਫ ਜਿਹੜੇ ਗਰਮੀਆਂ ਵਾਲੇ ਹੈ ਉਹ ਅਵੇਲੇਬਲ ਹੁੰਦੇ ਆ। ਇਹ ਵੀ ਲੈ ਲੈਂਦਾ ਜੀ, ਲੈ ਲੈਂਦਾ ਹੈਗਾ, ਰੂਬੀ ਮਿਲਦਾ ਇਹ ਸਟਾਫ ਹੈਗਾ। ਸੋ ਇਹ ਵੀ ਬਹੁਤ ਹੀ ਪਿਆਰਾ। ਔਰ ਇਹ ਆਪਣੇ ਕੋਲ ਜੀ ਕਰਾਸ਼ ਕੋਟਨ ਹੈ, ਬਹੁਤ ਹੀ ਪਿਆਰਾ ਸ਼ੇਡ ਹੈ, ਜੋ ਕਿ ਮੈਂ ਵੇਅਰ ਕੀਤਾ ਹੋਇਆ ਖੁਦ, ਅਸੀਂ ਬਲੈਕ ਕਲਰ ਦਾ ਵਰਕ ਕਰਕੇ। ਸੋ ਆਪਾਂ ਨੂੰ ਇਹਦੇ ਕਾਫੀ ਆਰਡਰ ਆਏ ਸੀਗੇ। ਸੋ ਇਹ ਆਪਣੇ ਕੋਲ ਸਟੱਫ ਪਿਆ ਹੈਗਾ। ਔਰ ਨੈਕਸਟ ਸਟੱਫ ਹੈਗਾ ਜੀ, ਇਹ ਸ਼ਾਈਨ ਵਾਲਾ ਸਟੱਫ ਹੈਗਾ ਜੀ। ਇਹ ਜਿਵੇਂ ਆਪਣੇ ਕੋਲ ਗਲੇਜ਼ ਕੋਟਨ ਜਾਂ ਆਪਾਂ ਪਹਿਲਾਂ ਵੇਅਰ ਕਰਦੇ ਸੀ, ਸੋ ਉਹਦਾ ਜਿਹੜਾ ਸੁਪੀਰੀਅਰ ਸਟੱਫ ਕਹਿ ਸਕਦੇ ਹੋ ਤੁਸੀਂ, ਕਿਉਂਕਿ ਇਹਦੇ ਵਿੱਚ ਔਲਰੇਡੀ ਦੇਖੋ ਕਿੰਨੀ ਸ਼ਾਈਨ ਹੈ, ਪਰ ਬੇਸ ਇਹਦਾ ਜਿਹੜਾ ਕੋਟਨ ਹੈਗਾ ਜੀ, ਇਹ ਬਹੁਤ ਹੀ ਵਧੀਆ ਸਟੱਫ ਆ। ਇਹ ਮੈਂ ਖੁਦ ਵੇਅਰ ਕੀਤਾ ਹੋਇਆ, ਬਹੁਤ ਹੀ ਜ਼ਿਆਦਾ ਆਪਾਂ ਜਿਵੇਂ ਇਹਨੂੰ ਵਾਸ਼ ਜਿਵੇਂ ਜਿੰਨੇ ਚਿਰ ਮਰਜ਼ੀ ਕਰ ਦਿਉ ਅਤੇ ਇਹਦੀ ਗਰੀਸ ਆ ਜਿਹੜੀ ਸੇਮ ਰਹਿੰਦੀ ਹੈਗੀ ਆ। ਸੋ ਇਹ ਜਿਹੜਾ ਸਟੱਫ ਹੈਗਾ ਜੀ, ਇਹ ਸ਼ਾਇਦ 1100-1200 ਦੀ ਰੇਂਜ ਦੇ ਵਿੱਚ ਆਉਂਦਾ, ਸੋ ਮੈਨੂੰ ਐਗਜੈਕਟ ਨਹੀਂ ਯਾਦ ਹੈਗਾ। ਪਰ ਇਹਦੀ ਜਿਹੜੀ ਤੁਸੀਂ ਦੇਖੋ ਫੋਲ ਹੈ, ਔਰ ਇਹਦੇ ਵਿੱਚ ਜਿਹੜੇ ਸ਼ਾਈਨ ਹੈ, ਔਰ ਜਿਹੜੇ ਬਾਹਰ ਦੇ ਕਸਟਮਰ ਹੈਗੇ ਆ ਸਪੈਸ਼ਲੀ, ਉਹ ਜੇ ਕੋਟਨ ਦੇ ਵਿੱਚ ਕੁਛ ਬਣਾਉਣਾ ਚਾਹੁੰਦੇ ਆ, ਤਾਂ ਮੈਂ ਬਹੁਤ ਸਾਰੇ ਸੂਟਸ ਆ ਜਿਹੜੇ ਇਹਨਾਂ ਦੇ ਬਣਾ ਕੇ ਭੇਜੇ ਹੋਏ ਆ ਇਸ ਸਟੱਫ ਦੇ, ਅਤੇ ਸਾਰਿਆਂ ਨੇ ਬਹੁਤ ਲਾਈਕ ਕੀਤਾ। ਅਗਰ ਤੁਸੀਂ ਕੋਟਨ ਦੇ ਵਿੱਚ ਥੋੜ੍ਹਾ ਜਿਹਾ ਸੈਮੀ ਫੋਰਮਲ ਜਿਹਾ ਬਣਾਉਣਾ ਚਾਹੁੰਦੇ ਹੋ, ਗੁਰਦੁਆਰਾ ਸਾਹਿਬ ਲਈ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਹੋ ਜਿਹੇ ਸ਼ੇਡ ਦੇ ਵਿੱਚ ਜਾ ਸਕਦੇ ਹੋ ਕੋਟਨ ਦੇ ਵਿੱਚ, ਜਦਕਿ ਤੁਹਾਡੇ ਕੋਲ ਕੈਮਰੇ ਕੋਟਨ ਵੀ ਉੱਧਰ ਵੀਅਰ ਨਹੀਂ ਹੁੰਦੀ ਹੈਗੀ, ਕਰੈਸ਼ ਕੋਟਨ ਬਣਾ ਸਕਦੇ ਹੋ ਅਗਰ ਤੁਹਾਡੇ ਗਰਮੀਆਂ ਆਉਂਦੀਆਂ ਤਾਂ। ਪਰ ਇਹ ਜਿਹੜਾ ਸਟੱਫ ਹੈਗਾ, ਇਹਨੂੰ ਤੁਸੀਂ ਲਾਈਨਿੰਗ ਲਾ ਕੇ ਬਣਾਓ ਜੀ ਅਤੇ ਵਰਕ ਕਰੋ। ਸੋ ਇਹ ਬਹੁਤ ਹੀ ਪਿਆਰਾ ਸਟੱਫ ਆ। ਇਹਦੇ ਵਿੱਚ ਵੀ ਕਾਫੀ ਸ਼ੇਡ ਆ ਜਿਹੜੇ ਅਵੇਲੇਬਲ ਆ, ਜਿਵੇਂ ਮਹਿੰਦੀ ਗ੍ਰੀਨ ਹੈ, ਡਾਰਕ ਸ਼ੇਡ ਵੀ ਹੈਗੇ ਆ। ਸੋ ਇਹ ਲਾਈਟ ਸ਼ੇਡ ਆਪਾਂ ਨੂੰ ਇਹੀ ਆਪਾਂ ਇਹਦੇ ਵਿੱਚ ਦੇਖਿਆ ਸੀ। ਹੁਣ ਹੈਗੇ ਆ ਜੀ ਆਪਾਂ ਕੁਛ ਕੁ ਜਿਹੜੇ ਪ੍ਰਿੰਟ ਲੈ ਕੇ ਆਏ ਹਾਂ, ਸੋ ਕਿਉਂਕਿ ਆਪਾਂ ਜ਼ਿਆਦਾ ਪ੍ਰਿੰਟ ਨਹੀਂ ਹੈਗੇ, ਆਪਣੇ ਕੋਲ ਕੁਛ ਕੁ ਜਿਵੇਂ ਕਸਟਮਰਸ ਦੇ ਆਰਡਰ ਹੁੰਦੇ ਆ, ਉਹਨਾਂ ਨਾਲ ਆਪਾਂ 2-4 ਸੂਟ ਆ ਜਿਹੜੇ ਪ੍ਰਿੰਟ ਦੇ ਕਰਨੇ ਹੁੰਦੇ ਆ, ਸੋ ਉਹਦੇ ਅਕੋਰਡਿੰਗ ਆਪਾਂ ਪ੍ਰਿੰਟ ਲੈ ਕੇ ਆਉਂਦੇ ਹਾਂ। ਜਿਵੇਂ ਕਿ ਬਲਿਊ ਸੂਟ ਹੈ, ਇਹ ਆਲ ਓਵਰ ਵੀ ਤੁਸੀਂ ਬਣਾ ਸਕਦੇ ਹੋ। ਇਹ ਤੁਸੀਂ ਜਿਹੜੇ ਅੱਜ ਆਰਡਰ ਕਰ ਦੇਣਗੇ ਜੀ, ਉਹਨਾਂ ਨੂੰ ਇਹ ਸੂਟ ਮਿਲ ਜਾਣਗੇ। ਅਗਰ ਤੁਸੀਂ ਕੱਲ੍ਹ ਮੈਨੂੰ ਦੱਸੋਗੇ ਤਾਂ ਕੱਲ੍ਹ ਤੱਕ ਇਹ ਸੂਟ ਨਹੀਂ ਰਹਿਣੇ ਹੈਗੇ, ਕਿਉਂਕਿ ਇਹ ਆਪਣੇ ਬੁੱਕ ਕਰਵਾਉਣੇ ਪੈਣੇ ਆ। ਅਗਰ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ, ਸ਼ਰਟ ਬਣਾਉਣਾ ਚਾਹੁੰਦੇ ਹੋ ਗ੍ਰੀਨ ਬੋਟਮ ਨਾਲ, ਤਾਂ ਵੀ ਬਹੁਤ ਵਧੀਆ, ਬਹੁਤ ਹੀ ਵਧੀਆ ਜਿਹਾ ਸਟੱਫ ਹੈ ਇਹਦਾ। ਸੋ ਇਹ ਜਿਵੇਂ ਚਨੋਨ ਟਾਈਪ ਹੁੰਦਾ ਨਾ ਕੋਟਨ ਦੇ ਵਿੱਚ, ਉਸ ਤਰ੍ਹਾਂ ਰਿੰਕਲਸ ਵਾਲਾ ਸਟੱਫ ਹੈਗਾ, ਜਿਵੇਂ ਚਨੋਨ ਦੁਪੱਟਾ ਆਪਣਾ ਹੁੰਦਾ, ਸ਼ਾਇਦ ਚਨੋਨ ਕੁਛ ਇਹਦਾ ਨੇਮ ਵੀ ਉਸ ਤਰ੍ਹਾਂ ਦਾ ਹੀ ਸੀਗਾ। ਇਹ ਜੋਰਜਟ ਨਹੀਂ ਜੀ, ਕਰੀਬ ਨਹੀਂ ਹੈਗੀ, ਚਨੋਨ ਟਾਈਪ ਆ, ਕੋਟਨ ਚਨੋਨ ਜਿਵੇਂ ਕਹਿ ਸਕਦੇ ਹੋ ਤੁਸੀਂ, ਰਿੰਕਲ ਆ ਥੋੜ੍ਹੇ ਜਿਹੇ, ਔਰ ਬਹੁਤ ਹੀ ਸੋਫਟ ਆ ਜਿਹੜਾ ਇਹਦਾ ਬੇਸ ਹੈਗਾ। ਇਹਨੂੰ ਓਨਲੀ ਸ਼ਰਟ ਯੂਜ਼ ਕਰ ਸਕਦੇ ਹਾਂ, ਕਿਉਂਕਿ ਥੋੜ੍ਹਾ ਕੋਸਟਲੀ ਹੈ, ਐਗਜੈਕਟ ਨਹੀਂ ਮੈਨੂੰ ਪਤਾ, ਮੈਨੂੰ ਚੈੱਕ ਕਰਨਾ ਪਊਗਾ ਕਿ ਇਹਦਾ ਕੀ ਪ੍ਰਾਈਜ਼ ਹੈਗਾ। ਜੇ ਇਹ ਵੀ ਸ਼ਰਟ ਤੁਸੀਂ ਬਣਾਉਣੀ ਹੈ, ਇਸ ਤਰ੍ਹਾਂ ਦੇਖੋ ਜੀ, ਬਲੈਕ ਕਲਰ ਬਹੁਤ ਹੀ ਪਿਆਰਾ ਬਲੈਕ ਹੈ, ਇਹਦੇ ਵਿੱਚ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹ ਵੀ ਤੁਹਾਨੂੰ ਜਿਹੜੀ ਬੁਕਿੰਗ ਹੈ ਅੱਜ ਹੀ ਕਰਨੀ ਪਏਗੀ। ਸੋ ਅੱਜ ਆਪਣਾ ਤੁਸੀਂ ਮੈਨੂੰ ਹੋਲਡ ਕਰਵਾ ਸਕਦੇ ਹੋ, ਜਿੰਨੇ ਵੀ ਤੁਸੀਂ ਸ਼ਰਟ ਪੀਸ ਕਹੋਗੇ ਆਪਾਂ ਕੱਲ੍ਹ ਨੂੰ ਬੁੱਕ ਕਰ ਦਾਂਗੇ। ਸੋ ਇਹ ਕਰੀਮ ਬੋਟਮ ਨਾਲ ਵੀ ਜਾ ਸਕਦਾ, ਬਲੈਕ ਨਾਲ ਵੀ ਜਾ ਸਕਦਾ। ਪਰ ਸਭ ਤੋਂ ਜਿਹੜਾ ਮੈਨੂੰ ਬਹੁਤ ਪਰਸਨਲੀ ਬਹੁਤ ਪਸੰਦ ਆਇਆ ਸੂਟ,
ਇਹ ਹੈਗੀ ਹੈ ਜੀ ਆਰਕੰਡੀ। ਸੋ ਇਹ ਬਹੁਤ ਹੀ, ਜੇਕਰ ਤੁਸੀਂ ਬਾਹਰੋਂ ਪਿੰਡ ਦੇ ਵਿੱਚ ਕੁਝ ਡਿਫਰੈਂਟ ਲੈਣਾ ਹੈਗਾ, ਸੋ ਇਹਦੇ ਨਾਲ ਤੁਸੀਂ ਪਲੇਨ ਬੋਟਮ 'ਤੇ ਵਰਕ ਕਰ ਸਕਦੇ ਹੋ। ਸੋ ਇਹ ਆਰਕੰਡੀ ਦਾ ਸਟੱਫ ਹੈ, ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਇਹਦੇ ਵਿੱਚ। ਇਹ ਵੀ ਅਗਰ ਤੁਸੀਂ ਇਹਦੇ ਵਿੱਚ ਪੈਰਟ ਗ੍ਰੀਨ ਜਾਂ ਸ਼ਾਇਦ ਇੱਕ ਸ਼ੇਡ ਸੀਗਾ, ਅਗਰ ਤੁਸੀਂ ਇਹੀ ਲੈਣਾ ਹੈਗਾ ਤਾਂ ਤੁਸੀਂ ਇਹ ਜਿਹੜਾ ਬੁੱਕ ਕਰਵਾ ਸਕਦੇ ਹੋ। ਸੋ ਇਹ ਵੀ ਕਾਫੀ ਰੋਇਲ ਜੇ ਲੁੱਕ ਵਾਲਾ ਡਿਜ਼ਾਇਨ ਹੈ ਇਹਨੂੰ ਤੁਸੀਂ, ਇਹ ਤੁਸੀਂ ਦੇਖ ਸਕਦੇ ਹੋ ਟ੍ਰਾਂਸਪੇਰੈਂਟ ਹੈ ਬਿਲਕੁਲ, ਔਰ ਬਹੁਤ ਹੀ ਸੌਫਟ ਜੀ ਆਰਕੰਡੀ ਹੈ। ਤੁਸੀਂ ਇਹ ਵੀ ਜਿਹੜਾ ਆਪਣਾ ਲੈ ਸਕਦੇ ਹੋ ਜੀ। ਇਹਦੇ ਨਾਲ ਤੁਸੀਂ ਬੋਟਮ ਆਪਾਂ ਇਸ ਕਲਰ ਦੀ ਕਰਕੇ, ਜੋ ਕਿ ਆਪਾਂ ਨੂੰ ਡਾਈ ਕਰਾਉਣੀ ਪਏਗੀ, ਉਹਦੇ ਥੋੜ੍ਹਾ ਥੋੜ੍ਹਾ ਵਰਕ ਕਰਕੇ ਆਪਣਾ ਤੁਸੀਂ ਰੈਡੀ ਕਰਵਾ ਸਕਦੇ ਹੋ। ਸੋ ਅੱਗੇ ਆਪਾਂ ਨੈਕਸਟ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਜਿਨ੍ਹਾਂ ਦੇ ਵੀ ਸੂਟਸ ਬਣ ਰਹੇ ਆ। ਸੋ ਏ ਸੀ ਜੀ ਪਲੇਨ ਔਰ ਪ੍ਰਿੰਟਡ ਜਿਹੜੇ ਕਿ ਇਸ ਸਮਰ ਦੇ ਵਿੱਚ ਚੱਲਣੇ ਹੈਗੇ ਆ। ਸੋ ਜਿਨ੍ਹਾਂ ਨੇ ਵੀ ਆਰਡਰ ਕਰਨੇ ਆ ਉਹਨਾਂ ਲਈ ਆਪਾਂ ਟਾਈਮਿੰਗ ਰੱਖੀ ਹੋਈ ਹੈ, ਸ਼ਾਮ ਨੂੰ 9 ਤੋਂ 11 ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਗੱਲ ਕਰ ਸਕਦੇ ਹੋ। ਸੋ ਆਪਾਂ ਇੱਕ ਟਾਈਮ ਦੇਵਾਂਗੇ ਹੁਣ ਸਾਰਿਆਂ ਨੂੰ, ਉਸ ਟਾਈਮ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ। ਰਾਤ ਨੂੰ 9 ਤੋਂ 11 ਆਪਾਂ ਤੁਹਾਡੇ ਨਾਲ ਗੱਲ ਕਰਾਂਗੇ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਮਾਰਨਿੰਗ ਦੇਖਦੇ ਹਾਂ ਕਿ ਰਾਤ ਨੂੰ 2-3 ਵਜੇ ਤੱਕ ਵੀ ਆਪਾਂ ਨੂੰ ਕਾਲਸ ਆ ਜਿਹੜੀਆਂ ਲਗਾਤਾਰ ਆ ਰਹੀਆਂ ਹੁੰਦੀਆਂ। ਸੋ ਉਹਦੇ ਲਈ ਆਪਾਂ ਨੂੰ ਇਹ ਹੈਗਾ ਕਿ ਤੁਸੀਂ ਪਰੇਸ਼ਾਨ ਨਾ ਹੋਵੋ। ਜਦੋਂ ਅਸੀਂ ਸੁਬਾਹ ਮੈਂ ਵਟਸਐਪ ਮੈਸੇਜ ਉਹਨਾਂ ਨੂੰ ਲਗਾਉਣੀ ਆ ਤਾਂ ਆਲਰੇਡੀ ਹੈ ਜਿਹੜਾ ਕੰਮ 'ਤੇ ਹੁੰਦੇ ਆ, ਤਾਂ ਉਹਨਾਂ ਨੇ ਸੂਟ ਵੀ ਦੇਣੇ ਹੁੰਦੇ ਆ, ਅਤੇ ਉਹਨਾਂ ਦਾ ਸਾਡਾ ਜਿਹੜਾ ਗੱਲ ਨਹੀਂ ਹੋ ਸਕਦੀ। ਸੋ ਉਹਦੇ ਲਈ ਆਪਾਂ ਤੁਹਾਡੇ ਲਈ 9 ਤੋਂ 11 ਰਾਤ ਨੂੰ ਗੱਲ ਕਰਾਂਗੇ, ਮਾਰਨਿੰਗ 8 ਤੋਂ 10 ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਇਹ ਸਪੈਸ਼ਲੀ ਬਾਹਰ ਵਾਲਿਆਂ ਲਈ ਆ, ਇੰਡੀਆ ਦਾ ਟਾਈਮ ਹੈ ਜੀ ਇਹ, ਤੁਸੀਂ ਆਪਣੇ ਅਕੋਰਡਿੰਗ ਦੇਖ ਲਿਓ ਕਿ ਤੁਹਾਡਾ ਇਸ ਟਾਈਮ ਕਿਸ ਟਾਈਮ ਹੋਊਗਾ, ਤੁਸੀਂ ਉਸ ਟਾਈਮ ਆਪਣੇ ਨਾਲ ਗੱਲ ਕਰ ਸਕਦੇ ਹੋ। ਨਹੀਂ ਜੇ ਕਈ ਵਾਰ ਬਾਅਦ ਵਿੱਚ ਵੀ ਕਰਨੀ ਆ ਤੁਸੀਂ ਮੈਸੇਜ ਕਰਕੇ ਕਰ ਸਕਦੇ ਹੋ ਗੱਲਬਾਤ, ਐਸੀ ਗੱਲ ਨਹੀਂ ਹੈਗੀ, ਪਰ ਇੱਕ ਟਾਈਮਿੰਗ ਹੈ ਕਿ ਤੁਸੀਂ ਉਸ ਟਾਈਮ ਕਾਲ ਕਰੋ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਕਈ ਵਾਰੀ ਅਸੀਂ ਵੀ ਕਨਫਿਊਜ਼ ਹੋ ਜਾਂਦੇ ਹਾਂ, ਤੁਹਾਡੇ ਨਾਲ ਗੱਲ ਵੀ ਹੋਈ ਹੁੰਦੀ ਹੈ, ਅਸੀਂ ਬਾਹਰ ਹੁੰਦੇ ਹਾਂ ਗੱਲ ਹੋ ਜਾਂਦੀ ਹੈ, ਤੁਸੀਂ ਕੁਛ ਦੱਸ ਦਿੰਦੇ ਹੋ ਔਰ ਅਸੀਂ ਜਿਹੜਾ ਉਹ ਨੋਟ ਨਹੀਂ ਹੁੰਦੀ ਉਹ ਗੱਲ ਨੂੰ ਅਸੀਂ ਭੁੱਲ ਜਾਂਦੇ ਹਾਂ। ਸੋ ਇਸੇ ਇਹਨਾਂ ਗੱਲਾਂ ਕਰਕੇ ਆਪਾਂ ਇੱਕ ਟਾਈਮਿੰਗ ਰੱਖੀ ਹੈ ਜੇ ਆਪਣੀ ਇਹ ਸੈੱਟ ਆਉਂਦੀ ਹੈ ਤਾਂ ਆਪਾਂ ਇਸੇ ਤਰ੍ਹਾਂ ਤੁਹਾਨੂੰ ਇੱਕ ਐਗਜੈਕਟ ਟਾਈਮ ਆ ਜਿਹੜਾ ਦਿਆ ਕਰਾਂਗੇ। ਸੋ ਇਸੇ ਤਰ੍ਹਾਂ ਜੀ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਦੇ ਲੱਗ ਰਹੇ ਆ ਸੂਟਸ, ਔਰ ਨਵੇਂ ਨਵੇਂ ਡਿਜ਼ਾਈਨਸ ਦੇਖਣ ਲਈ ਜੀ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।